ਸਵਾਗਤ ਹੈ ਜੀ ਪੰਜਾਬ ਫਾਰਮਰ ਚੈਨਲ ਤੇ ਮੈਂ ਗੁਰਾਕ ਸਿੰਘ ਗਰੇਵਾਲ ਪਿੰਡ ਉਗਰਾਹਾ ਸਾਰੇ ਹੀ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਆਪਣੇ ਫਾਰਮ ਦੀ ਵੀਡੀਓ ਬਣਾ ਰਹੇ ਹਾਂ ਜੀ ਤੇ ਆਪਣਾ ਗਰੇਵਾਲ ਪਨੀਰੀ ਫਾਰਮ ਹੈ ਜੀ ਪਿੰਡ ਉਗਰਾਹਾ ਜ਼ਿਲ੍ਹਾ ਸੰਗਰੂਰ ਤੇ ਹੁਣ ਸਾਡੇ ਕੋਲੇ ਪਿਆਜ਼ ਦੀ ਪਨੀਰੀ ਜਿਹੜੀ ਤਿਆਰ ਹੈ ਜੀ ਬਿਲਕੁਲ 2.5 ਏਕੜ ਦੇ ਵਿੱਚ ਆਪਣੀ ਪਿਆਜ਼ ਦੀ ਪਨੀਰੀ ਲੱਗੀ ਹੋਈ ਹੈ ਜੀ ਆਹ ਪਿਆਜ਼ ਹੈ ਜੀ ਬਹੁਤ ਸੋਹਣਾ ਜੀ ਤੇ ਬਹੁਤ ਸੋਹਣੀ ਵਧੀਆ ਇਹਦੀ ਨੜ ਬਣੀ ਹੋਈ ਹੈ ਜੀ ਬਿਲਕੁਲ ਫਰੈਸ਼ ਹੈ ਜੀ ਜਾਲ ਜੂੜੀ ਵਧੀਆ ਜਾਲਾ ਬਣਿਆ ਹੋਇਆ ਹੈ ਨੀਚੇ ਤੇ ਬਾਕੀ ਆਪਣੇ ਕੋਲ ਸਾਰੇ ਹੀ ਬੀਜ ਜਿਹੜੇ ਨੇ ਉਪਲਬਧ ਹੁੰਦੇ ਨੇ ਤੇ ਇੱਥੇ ਡਿਊਟੀ ਮੇਰੇ ਭਰਾ ਦੀ ਹੁੰਦੀ ਹੈ ਜੀ ਰਾਜਾ ਸਿੰਘ ਗਰੇਵਾਲ ਹੈ ਜੀ ਤਨਾ ਤੇ ਬਾਕੀ ਤੁਸੀਂ ਹੁਣ ਪਿਆਜ਼ ਲਝਾ ਸਕਦੇ ਹੋ ਜੀ 20 ਦਸੰਬਰ ਤੋਂ ਬਾਅਦ ਇਹਦਾ ਅਸਲ ਟਾਈਮ ਹੁੰਦਾ ਹੈ ਤੇ ਹੁਣ ਵੀ ਤਿਆਰ ਹੈ ਜੀ ਕਦੋਂ ਵੀ ਲਝਾ ਸਕਦੇ ਹੋ ਬਾਕੀ ਆਪਣਾ ਪਿਆਜ਼ ਬਹੁਤ ਮਸ਼ਹੂਰ ਹੈ ਪੰਜਾਬ ਦੇ ਵਿੱਚ ਸਾਰੀ ਜਗ੍ਹਾ ਤੇ ਜਾਂਦਾ ਹੈ ਪੰਜਾਬ ਹਰਿਆਣਾ ਦੇ ਵਿੱਚ ਤੇ ਬਹੁਤ ਵਧੀਆ ਹੁੰਦਾ ਜੀ ਇਹ ਪਕਾਵੇਂ ਪਿਆਜ਼ ਦੀ ਜਿਹੜੀ ਪਨੀਰੀ ਹੈ ਜੀ ਇਹਨੂੰ ਆਪਾਂ ਸਟੋਰ ਰੱਖ ਸਕਦੇ ਹਾਂ ਜੀ ਆਹ ਰੁੱਤ ਤੱਕ ਵੀ ਇਹਦਾ ਜਿਹੜਾ ਪਿਆਜ਼ ਰਹਿ ਜਾਂਦਾ ਜੀ ਆਹ ਰੁੱਤ ਤੱਕ ਹਰੇਕ ਜਿਹੜੇ ਵੀਰ ਹੁਣ ਪਨੀਰੀ ਲੈਂਡ ਆਉਣਗੇ ਜਾਂ ਅਗਲੇ ਆਏ ਸਾਲ ਆਉਂਦੇ ਨੇ ਉਹ ਇਹੀ ਦੱਸਦੇ ਹੁੰਦੇ ਨੇ ਬਈ ਕਿਸੇ ਕੋਲ ਦੋ ਟੁਕਰੇ ਪਏ ਨੇ ਕਿਸੇ ਕੋਲ ਚਾਰ ਟੁਕਰੇ ਪਏ ਨੇ ਇਹ ਕਿਸੇ ਨੇ ਕਿਲਾ ਦੋ ਕਿਲੇ ਲੈ ਲੌਣੇ ਨੇ ਜੀ ਬੜੀ ਖੁਸ਼ੀ ਨਾਲ ਜਿਹਾ ਸਕਦਾ ਸਾਡੀ ਪੂਰੀ ਗਾਰੰਟੀ ਹੋਊਗੀ ਜੀ ਸਾਡੇ ਕੋਲੇ ਲਾਲ ਦੇ ਵਿੱਚ ਦੋ ਵੈਰਾਈਟੀਆਂ ਹੁੰਦੀਆਂ ਨੇ ਤੇ ਤੰਬਾ ਇੱਕ ਤੰਬਾ ਕਲਰ ਹੁੰਦਾ ਜੀ ਯਾਨੀ ਕਿ ਗੋਲਡਨ ਤੇ ਜੇ ਕਿਸੇ ਕਿਸਾਨ ਵੀਰ ਨੂੰ ਪਨੀਰੀ ਦੀ ਜ਼ਰੂਰਤ ਹੈ ਤਾਂ ਕੰਟੈਕਟ ਨੰਬਰ ਹੈ ਜੀ ਭਰਾ ਦਾ ਰਾਜਾ ਸਿੰਘ ਦਾ 62809 70270 ਤੇ ਇਸ ਨੰਬਰ ਤੇ ਤੁਸੀਂ ਇਹਦੇ ਨਾਲ ਕੰਟੈਕਟ ਕਰ ਸਕਦੇ ਹੋ ਜੇ ਕੋਈ ਜਾਣਕਾਰੀ ਲੈਣੀ ਹੈ ਤਾਂ ਮੇਰਾ ਨੰਬਰ ਹੈਗਾ ਜੀ 99142 58628 ਮੇਰੇ ਨੰਬਰ ਤੇ ਤੁਸੀਂ ਇਹ ਉ ਤਾਂ ਆਪਾਂ ਜਾਣਕਾਰੀਆਂ ਸਬਜ਼ੀਆਂ ਤੇ ਪਾਉਂਦੇ ਰਹਿੰਦੇ ਨੇ ਜੀ ਹਰ ਤਰ੍ਹਾਂ ਦੀਆਂ ਫਿਰ ਵੀ ਕਿਸੇ ਨੂੰ ਹੋਰ ਜ਼ਿਆਦਾ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੇਰੇ ਫੋਨ ਤੇ WhatsApp ਨੰਬਰ ਹੈ ਜੀ ਇਹ ਤੁਸੀਂ WhatsApp ਕਰ ਸਕਦੇ ਹੋ ਤੇ ਵਾਇਸ ਮੈਸੇਜ ਭੇਜ ਸਕਦੇ ਹੋ ਤੇ ਫੋਟੋ ਭੇਜ ਸਕਦੇ ਹੋ ਉਹਦਾ ਤੁਹਾਨੂੰ ਜਵਾਬ ਆਪਾਂ ਤੋਂ ਹਾਂਜੀ ਭਾਈ ਆਇਆ ਜੀ ਅੱਜ ਮੋਜਵਾ ਤੋਂ ਅੱਜ ਹੋ ਗਈ ਜੀ 17 ਦਸੰਬਰ 2022 ਪਿਛਲੇ ਸਾਲ ਵੀ ਗੰਡੇ ਲੈ ਗਏ ਸੀ ਅੱਜ ਵੀ ਗੰਡੇ ਦੀ ਪਨੀਰੀ ਲੈਣ ਆਏ ਨੇ ਜੀ ਤੇ ਕਿਵੇਂ ਭਾਈ ਪਿਛਲੇ ਸਾਲ ਕੇ ਮੇਰੇ ਹੈ ਗੰਡੇ ਯਾਰ ਵਧੀਆ ਦੇ ਕੇ ਬਾਕੀ ਅੱਜ ਕੀ ਦੇਖਦੇ ਆ ਹਾਂਜੀ ਕਨੇ ਹੀ ਪਿਛਲੇ ਸਾਲ ਵਾਲੇ ਗੰਡੇ ਕਿੰਨਾ ਟਾਈਮ ਦਾ ਹੈ 15 ਦਿਨ ਹੋਏ ਨੇ ਯਾਰ ਮੁੱਕਿਆ ਨੂੰ ਅੱਛਾ ਪੂਣੀ ਮੁੱਲ ਲੈਏ ਨੇ ਪਹਿਲਾਂ ਤਾਂ ਖਰਬ ਪੂਰੇ ਵਧੀਆ ਪਏ ਰਹੇ ਕੋਈ ਖਰਾਬ ਫਰੂਟ ਤਾਂ ਨਹੀਂ ਹੋ ਰਿਹਾ ਜੀ ਵੀ ਨਹੀਂ ਕਿਸੇ ਤਰ੍ਹਾਂ ਦੀ ਸਾਈਜ਼ ਸਾਈਜ਼ ਤਾਂ ਬਾਈ ਐਡ ਡੇ ਗੰਡੇ ਤੇ ਸਹੀ ਹੈ ਅੱਛਾ ਅੱਛਾ ਹਾਂ ਠੀਕ ਹੈ ਜੀ ਠੀਕ ਹੈ ਇਹੀ ਵੈਰੈਟੀ ਹੁਣ ਦੇ ਰਹੇ ਆ ਬਾਈ ਨੂੰ ਪਿਛਲੇ ਸਾਲ ਵੀ ਇਹਨਾਂ ਨੂੰ ਰੈੱਡ ਵੈਰੈਟੀ ਦਿੱਤੀ ਸੀਗੀ ਤੇ ਹੁਣ ਵੀ ਬਾਈ ਫਰੀ ਦੱਸਦੇ ਸੀ ਵੀ ਗੰਡੇ ਬਹੁਤ ਵਧੀਆ ਪਏ ਰਹੇ ਹਾਂਜੀ ਇਹ ਸਟਰਾਬਰੀ ਦੀ ਪਨੀਰੀ ਹੈ ਜੀ ਜੇ ਕਿਸੇ ਵੀਰ ਨੇ ਸਟਰਾਬਰੀ ਲਾਉਣੀ ਹੈ ਜਾਂ ਸ਼ਹਿਰੀ ਨੇ ਲਾਉਣੀ ਹੈ ਕਿਸੇ ਨੇ ਤਾਂ ਇਸ ਤਰ੍ਹਾਂ ਬੈਗ ਚ ਵੀ ਲਾ ਸਕਦੇ ਹੋ ਤੁਸੀਂ ਸਟਰਾਬਰੀ ਆਪਣੇ ਵੀ ਇੱਦਾਂ ਏਕੜ ਲੱਗਿਆ ਹੋਇਆ ਹੈ ਸਟਰਾਬਰੀ ਦਾ ਤਾਂ ਬੈਗ ਦੇ ਵਿੱਚ ਮਿੱਟੀ ਭਰ ਕੇ ਉੱਤੇ ਮਲਚਿੰਗ ਪਾ ਸਕਦੇ ਹੋ ਤੁਸੀਂ ਤੇ ਬਾਕੀ ਇਹ ਬੂਟੇ ਨੇ ਜੇ ਕਿਸੇ ਨੂੰ ਜ਼ਰੂਰਤ ਹੈ ਤਾਂ ਤੁਸੀਂ ਸਟਰਾਬਰੀ ਲੈ ਜਾ ਸਕਦੇ ਹੋ ਹੁਣ ਸਟਰਾਬਰੀ ਦਾ ਟਾਈਮ ਹੈ ਪਿਆਜ਼ ਦਾ ਟਾਈਮ ਹੈ ਤੇ ਆ ਹੈਗਾ ਜੀ ਸੇਬ ਜੇ ਕਿਸੇ ਨੂੰ ਵੀਰ ਨੂੰ ਸੇਬ ਦੀ ਜ਼ਰੂਰਤ ਹੈ ਤਾਂ ਹੁਣ ਬੜਾ ਵਧੀਆ ਟਾਈਮ ਹੈ ਜੀ ਦੋ ਵੈਰਿਟੀਆਂ ਨੇ 골ਡਨ ਹੈ ਇੱਕ ਇੱਕ ਰੈੱਡ ਹੈ ਜੀ ਬਿਲਕੁਲ ਰੈੱਡ ਸਾਡੀ ਪੂਰੀ ਗਾਰੰਟੀ ਹੋਊਗੀ ਫਲ ਦੀ ਅਗਲੇ ਸਾਲ ਹੀ ਫਲ ਚੱਕ ਲੈਣਾ ਜੀ ਇਹਨੇ ਇਹ ਹੁਣੀ ਲਿਆਂਦਾ ਜੀ ਫਟਾਰਾ ਕਰਨ ਲੱਗ ਰਿਹਾ ਦੇਖੋ ਤੇ ਹੁਣ ਇਹਦਾ ਫਟਾਰਾ ਕਰਨ ਦਾ ਵਧੀਆ ਟਾਈਮ ਹੈ ਜੀ ਅਸੀਂ ਆਪਣੇ ਵੀ ਲਾਏ ਨੇ ਇਹਦੇ 30 35 ਬੂਟੇ ਤੇ ਹੋਰ ਵੀ ਲਾਉਣੇ ਨੇ ਤੇ ਜਿਹੜੇ ਹੋਰ ਅਮਰੂਦ ਵਗੈਰਾ ਨੇ ਕਿੰਨੂ ਅੰਬ ਉਹਦਾ ਟਾਈਮ ਹੋਰ ਸਾਰੇ ਫਰੂਟ ਦਾ ਟਾਈਮ ਹੈਗਾ 25 ਜਨਵਰੀ ਤੋਂ ਬਾਅਦ 25 ਜਨਵਰੀ ਤੋਂ ਹੁਣ ਵੀ ਲੈ ਜਾ ਸਕਦੇ ਹੋ ਪਰ ਉਹਦੀ ਸਾਮ ਸੰਭਾਲ ਹੈ ਜਿਹੜੀ ਕਰਨ ਦੀ ਲੋੜ ਨਹੀਂ ਪਗੂ ਜੇ ਤੁਸੀਂ 25 ਤਰੀਕ ਤੋਂ ਬਾਅਦ ਲੈ ਕੇ ਜਾਓਗੇ ਬਾਕੀ ਸਾਰੇ ਤਰ੍ਹਾਂ ਦੇ ਆਪਣੇ ਫਾਰਮ ਤੇ ਬੀਜ ਉਪਲਬਧ ਹੁੰਦੇ ਨੇ ਜੀ ਕੋਈ ਵੀ ਪਨੀਰੀ ਤੁਸੀਂ ਗੋਭੀ ਤੋਂ ਲਾ ਕੇ ਹਰ ਚੀਜ਼ ਤੁਸੀਂ ਇਥੇ ਲਾ ਸਕਦੇ ਹੋ ਧੰਨਵਾਦ